ਜੀ ਅਤੇ ਜੇ ਸਰ ਮੈਂ ਗੱਲ ਕਰਨ ਪਿਆ ਗਾਰਡ ਕਾਫੀ ਗਲਤ ਹਨ, ਕੋਈ ਚੀਜ਼ ਜਿਹੜਾ ਖਾਣ ਪੀਣ ਵਾਲੀ ਉੱਥੇ ਨਹੀਂ ਆਉਣ ਹੁੰਦੇ ਨੇ, ਅਤੇ ਉੱਥੇ ਆ ਕੇ ਸਾਨੂੰ ਪਤਾ ਲੱਗਿਆ ਬਈ ਫਰਜ਼ ਕੀਤਾ ਤੁਸੀਂ ਮਾਲਟੇ ਆਣ ਸਕਦੇ ਹੋ ਜਾਂ ਕੋਈ ਵੀ ਫਲ ਫਰੂਟ ਜਿਹੜਾ ਉਹ ਤੁਸੀਂ ਆਣ ਸਕਦੇ ਹੋ। ਪੇਂਡੂ ਜਿਹੜੀ ਸਾਡੀ ਵਿਊਅਰਸ਼ਿਪ ਹੈ ਨਾ ਉਸ ਵਾਸਤੇ ਹੁਣ ਅਸਾਂ ਇਹ ਸਪੈਸ਼ਲ ਮੈਸੇਜ ਦੇ ਰਹੇ ਹਾਂ ਵੀ ਹੁਣ ਤੁਰੀ ਤੁਰੀ ਤਾਂ ਥੱਕੀ ਰਿਹਾ ਅਤੇ ਜਿਹੜੀ ਸਾਡੀਆਂ ਲੱਤਾਂ ਵਾਲੇ ਨਾ ਉਹ ਜਵਾਬ ਦੇ ਗਿਆ, ਗੋਟੇ ਗਿੱਟੇ ਸਾਰੇ ਢਿੱਲੀ ਰਹੇ ਅਤੇ ਹੁਣ ਅਸਾਂ ਚਾੜਿਆ ਬਾਈ ਕਿਸੇ ਤਰੀਕੇ ਨਾਲ ਗੱਡੀ ਤੱਕ ਪਹੁੰਚੀ ਗੱਚਾ ਅਤੇ ਸਾਡੇ ਜਿਹੜੇ ਤ੍ਰੀਏ ਸਾਥੀ ਉਹ ਸਾਡੇ ਠਹਿਰੇ ਬਾਈ ਥੋੜ੍ਹਾ ਢਿੱਲਾ ਹੋ ਜਾਣਾ ਕੋਈ ਹਲਕਾ ਹੋਣੇ ਵਾਸਤੇ ਠਹਿਰੇ ਅਤੇ ਅਸਾਂ ਆਖਿਆ ਬਾਈ ਚਲੋ ਤਾਂ ਤੱਕ ਅਸੀਂ ਚੜਾਣਾ ਤੁਹਾਡੇ ਨਾਲ ਮੁਖਾਤਬ ਹੋਈ ਕੱਚਾ ਅਤੇ ਹੁਣ ਉਹ ਫਾਰਗ ਹੋਈ ਹੋਈ ਰਹੇ ਬੜਾ ਖਿਆਲ ਆ ਅਤੇ ਅਸੀਂ ਹੁਣ ਚਾੜਿਆ ਕਿ ਬਾਈ ਥੱਲੇ ਗੱਛੀਏ ਦੌੜਨੇ ਅਸੀਂ ਲੱਥੇ ਆ ਥੱਲੇ ਲਾ ਬਹੁਤ ਸਪੀਡ ਨਾਲ ਤਸੇ ਕਿਉਂਕਿ ਲਾਈ ਆ ਨਾ ਲਾਈ ਤੁਸੀਂ ਜਾਣਦੇ ਹੋ ਬਾਈ ਸਪੀਡ ਜਿਹੜੀ ਆਊਟ ਆਫ ਕੰਟਰੋਲ ਹੋਈ ਗਈ ਅਤੇ ਸਾਡੇ ਜਿਹੜੇ ਹੁਣ ਜਿਹੜਾ ਕੈਮਰਾ 'ਚ ਨੱਚਾਇਆ ਹੁਣ ਅਸੀਂ ਆਖ ਇਹ ਚਾੜਿਆ ਬਾਈ ਉਹ ਆਪਣੇ ਇਜ਼ਾਰੇ ਖਿਆਲ ਕਰਨ ਅਤੇ ਆਪਣੀ ਬੋਲੀ 'ਚ ਕਰਨ ਅਤੇ ਇਹ ਜਿਹੜਾ ਇਹ ਨੈਟਿਵ ਲੈਂਗੁਏਜ ਜਿਸੇ ਅੰਗਰੇਜ਼ੀ 'ਚ ਆਖਦੇ ਨਾ ਨੈਟਿਵ ਲੈਂਗੁਏਜ ਇਹ ਹੁਣ ਸਾਡੀ ਨੈਟਿਵ ਲੈਂਗੁਏਜ ਹੈ ਅਸੀਂ ਚਾਹੁੰਦੇ ਹਾਂ ਇਸ ਵੀ ਪ੍ਰਮੋਟ ਕਰੀਏ ਨਾ ਅਤੇ ਮੈਂ ਤਾਂ ਆਪਣੇ ਇਜ਼ਾਰੇ ਖਿਆਲ ਆਪਣੀ ਲੈਂਗੁਏਜ ਕਰੀ ਬੈਠਾ ਤਾਂ ਹੁਣ ਮੈਂ ਚਾਹਣਾ ਬਾਈ ਕਿ ਇਹ ਜਿਹੜੇ ਦੂਏ ਸਾਡੇ ਸਾਥੀ ਨੇ ਇਹ ਵੀ ਕੁਝ ਆਪਣਾ ਵਿੱਚ ਹਿੱਸਾ ਬਣਨ ਅਤੇ ਮੈਂ ਹੁਣ ਸਾਰੇ ਕੋਲੋਂ ਇਜਾਜ਼ਤ ਚਾਹਣਾ ਅਤੇ ਜਵਾਹਰ ਸਾਹਿਬ ਜਿਹੜੇ ਨੇ ਇਹ ਹੁਣ ਜੁਆਇਨ ਕਰ ਸਕਣ ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਬਹੁਤ ਮੁਤਬਾਨਾ ਕਿ ਤੁਸੀਂ ਅੱਛੋ ਅਤੇ ਆਪਣੀ ਜ਼ਬਾਨਾਂ 'ਚ ਨਾ ਦੋ ਚਾਰ ਜੁਮਲੇ ਜਿਹੜੇ ਵੀ ਤੁਸੀਂ ਬੋਲਣੇ ਤਾਂ ਬੋਲੋ ਅਤੇ ਤਾਂ ਕਿ ਗੱਲ ਮੁਕਾਈਏ ਫਿਰ ਥੱਲੇ ਜਾ ਕੇ ਜਿਹੜਾ ਸਾਡੀ ਕੁੱਕੜ ਪਲਾ ਦੱਬੇ ਹੈ ਉਹ ਠੱਡਾ ਪਿਆਉੜਾ ਗੱਡੀ ਡਿੱਗੀ ਵਿੱਚ ਅਤੇ ਉਸ ਕੀ ਖਾਈ ਹੈ ਗੱਚੀ ਤਾਂ ਥੈਂਕਸ ਆਲ ਉੱਤੇ ਆਏ ਹਾਂ ਹਾਈਕਿੰਗ ਟ੍ਰੇਲ ਨੰਬਰ 3 'ਤੇ ਅਤੇ ਇੱਥੇ ਅਸੀਂ ਇਹ ਇਰਾਦਾ ਹੈ ਬਈ ਬਿਲਕੁਲ ਟਾਪ 'ਤੇ ਵੱਜਣਾ ਕਿਉਂਕਿ ਇੱਕ ਤਰ੍ਹਾਂ ਦੀ ਮੁਹਿੰਮ ਹੈ ਬਈ ਉੱਤੇ ਵਾਹੀ ਸਕਦੇ ਹਾਂ ਜਾਂ ਨਾ ਵਾਹੀ ਸਕਦੇ ਲੇਕਿਨ ਬਦਕਿਸਮਤੀ ਨਾਲ ਅਸੀਂ ਇਹ ਵਜ੍ਹਾ ਬਣੀ ਬਈ ਅਸੀਂ ਜਿਹੜਾ ਖਾਣਾ ਪੀਣਾ ਉਹ ਥੱਲੇ ਰਹਿ ਗਿਆ ਕਿਉਂਕਿ ਗਾਰਡ ਜਿਹੜੇ ਨੇ ਉਹ ਗਲਤ ਹਨ ਜੀ ਅਤੇ ਮੈਂ ਆਖਣਾ ਪਿਆ ਬਈ ਗਾਰਡ ਜਿਹੜਾ ਕਾਫੀ ਜ਼ਿਆਦਾ ਮਸਲਾ ਕ੍ਰੀਏਟ ਕਰ ਛੱਡਿਆ ਇਸ ਤਰ੍ਹਾਂ ਬਈ ਉਹ ਸਾਰੇ ਸਮਾਨ ਇਸ ਤਰ੍ਹਾਂ ਚੈਕਿੰਗ ਕਰੇਨੇ ਪਏ ਅਤੇ ਇਸ ਪਿਛਲੀ ਵਾਰੀ ਤੁਸੀਂ ਤਾਂ ਕਿਹਾ ਵੀ ਅਸੀਂ ਇਸ ਤਰ੍ਹਾਂ ਕੀਤਾ ਕਿ ਆਪਣੇ ਜਿਹੜਾ ਤਾਂ ਮਾਲ ਮਤਾ ਜਿਹੜੀ ਚੀਜ਼ਾਂ ਉਹ ਜਿਹੜਾ ਤਾਂ ਬੈਗ ਦੇ ਅੰਦਰ ਛੁਪਾ ਕੇ ਦੇਣਾ ਆ ਜਾਂ ਮਫਲਰ ਵਿੱਚ ਲਪੇਟ ਕੇ ਪਿੱਛੇ ਬੁਝਕਾ ਬੁਝਕਾ ਬਣਾ ਕੇ ਦਿਆ ਲੇਕਿਨ ਇਸ ਤਰ੍ਹਾਂ ਜਿਹੜਾ ਤਾਂ ਇਸ ਵਾਰੀ ਅਸੀਂ ਥੋੜ੍ਹੇ ਇਸ ਤਰ੍ਹਾਂ ਸਾਕੇ ਬਈ ਅਸੀਂ ਨਾਲ ਆਏ ਬਲੈਤੀ ਬੰਦੇ ਇਸ ਵਜ੍ਹਾ ਤੋਂ ਅਸੀਂ ਤਰੀਕਾ ਨਾ ਇਸਤੇਮਾਲ ਕਰ ਸਕੇ ਅਤੇ ਇਸ ਵਜ੍ਹਾ ਤੋਂ ਹੁਣ ਜਿਹੜਾ ਤਾਂ ਤਕਰੀਬਨ ਅੱਧੇ ਰਸਤੇ 'ਚ ਪਹੁੰਚ ਗਏ ਵਾਪਸ ਆਮ ਭੁੱਖ ਲੱਗ ਪਈ ਹੈ ਤਾਂ ਹੁਣ ਅਸੀਂ ਪਲੈਨ ਬਣਾਇਆ ਕਿ ਵਾਪਸ ਪਹੁੰਚ ਕੇ ਪਹਿਲੇ ਸਵੇਰ ਖਵਾਵਾਂ ਦੁਬਾਰਾ ਉੱਤੇ ਅਸੀਂ ਕਾਫੀ ਜ਼ਿਆਦਾ ਲੋਡਡ ਹੋ ਸਕਦਾ ਦੁਬਾਰਾ ਉੱਤੇ ਨਾ ਆ ਸਕਦੇ ਅਤੇ ਇਸ ਵਜ੍ਹਾ ਤੋਂ F9 ਪਾਰਕ ਜਾਂ ਕਈ ਹੋਰ ਜਗ੍ਹਾ ਤੋਂ ਵਹੀਨੇ ਦਾ ਅਸੀਂ ਪ੍ਰੋਗਰਾਮ ਬਣਾਇਆ ਤਾਂ ਉਮੀਦ ਹੈ ਤੁਸੀਂ ਜਿਹੜਾ ਤਾਂ ਅੱਜ ਦੀ ਅਸੀਂ ਵੀਡੀਓ ਬਹੁਤ ਪਸੰਦ ਆਈ ਹੋ ਸੀ ਅਤੇ ਤੁਸੀਂ ਮਜ਼ੀਦ ਵੀ ਇੰਜੋਏ ਕਰੇ ਸੋ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੇ ਸੋ ਆਪਣੇ ਦੋਸਤਾਂ ਨਾਲ ਹੁਣ ਮੈਂ ਆਪਣੇ ਤੀਸਰੇ ਦੋਸਤ ਸਾਕਿਬ ਦਾ ਜਿਹੜਾ ਤਾਂ ਦਾਵਤ ਦੇਣਾ ਕਿ ਉਹ ਆਪਣੇ ਸਾਰੇ ਖਿਆਲ ਕਰੇ ਆਪਣੀ ਰਾਏ ਦੇਵੇ ਬਾਰੇ ਠੀਕ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਸੋ ਔਰ ਤੁਸਾਂ ਦੀ ਸਿਹਤ ਤਬੀਅਤ ਠੀਕ ਠਾਕ ਹੋ ਸੀ ਮੈਂ ਸਾਕਿਬ ਹੁਸੈਨ ਔਰ ਮੈਂ ਬੇਸਿਕਲੀ ਬਾਏ ਪ੍ਰੋਫੈਸ਼ਨ ਫਰੀਲਾਂਸਰ ਹਾਂ ਅਤੇ ਅੱਜ ਮਾੜੇ ਦੋ ਦੋਸਤਾਂ ਨਾਲ ਪ੍ਰੋਗਰਾਮ ਬਣਿਆ ਸਾ ਇਸਲਾਮਾਬਾਦ ਟ੍ਰਾਇਲ 3 ਅਤੇ ਅਸਨੇ ਟ੍ਰਾਇਲ 3 ਅਤੇ ਹਾਈਕਿੰਗ ਕਰਨ ਦਾ ਪ੍ਰੋਗਰਾਮ ਬਣਿਆ ਸਾ ਅਸਾਂ ਨਾਲ ਅਤੇ ਅਸਾਂ ਆਏ ਹਾਂ ਤਕਰੀਬਨ ਸੁਬਾਹ 10-11 ਵਜੇ ਇੱਥੇ ਪਹੁੰਚੇ ਹਾਂ ਅਤੇ ਅਸਾਂ ਮਤਲਬ ਕਾਫੀ ਟ੍ਰਾਇਲ 3 ਨੇ ਬਾਰੇ ਗੱਲ ਕਰੀਏ ਤਾਂ ਕਾਫੀ ਦੁਸ਼ਵਾਰ ਗੁਜ਼ਾਰ ਰਸਤਾ ਹੈ ਅਗਰ ਤੁਸੀਂ ਇਸ ਕੀ ਤੈਅ ਕਰੋ ਤਾਂ ਉਸ ਤੋਂ ਬਾਅਦ ਅਸਾਂ ਪਹੁੰਚੇ ਹਾਂ ਕਾਫੀ ਉੱਪਰ ਗਏ ਹਾਂ ਅਪਰ ਤਾਂ ਹੈ ਫੁੱਲੀ ਅਪਰ ਨਹੀਂ ਗਿਆ ਯਾਨੀ ਕਿ ਮੋਨਾਲ ਤੱਕ ਨਹੀਂ ਪਹੁੰਚੇ ਹਾਂ ਤਕਰੀਬਨ ਦਰਮਿਆਨ ਹੀ ਸਟੇਅ ਕੀਤਾ ਸੀ ਅਤੇ ਫਿਰ ਸਟੇਅ ਕਰਨ ਤੋਂ ਬਾਅਦ ਜਿਹੜਾ ਨਾ ਅਸਾਂ ਉੱਥੇ ਸੋਚਿਆ ਕਿ ਵਾਪਸ ਆਉਣੇ ਹਾਂ ਕਿਉਂਕਿ ਖਾਣਾ ਵਗੈਰਾ ਅਸਾਂ ਨਾਲ ਆਉਂਦਾ ਸੀ ਉਹ ਗਾੜੀ ਵਿੱਚ ਪਿਆ ਹੋਇਆ ਲੇਕਿਨ ਐਕਚੁਲੀ ਸਿਕਿਉਰਟੀ ਜਿਹੜੀ ਇੱਥੇ ਨਹੀਂ ਉਹ ਅਲਾਓ ਨਹੀਂ ਕਰਨੇ ਤੁਸੀਂ ਖਾਣਾ ਛਾਣਾ ਕਿ ਤੁਸੀਂ ਨਾਲ ਖੜੋ ਉੱਤੇ ਅਤੇ ਪਾਣੀ ਨਹੀਂ ਖੈਰ ਬੋਟਲ ਸੀ ਬਿਸਕਿਟਸ ਕੁਝ ਸਨੈਕਸ ਵਗੈਰਾ ਸਾਡੇ ਕੋਲ ਥੇ ਸੀ ਅਤੇ ਉਹ ਅਸਾਂ ਨਾਲ ਆਉਂਦੇ ਅਤੇ ਉਹ ਗਾੜੀ ਵਿੱਚ ਹੁਣ ਜਾ ਕੇ ਖਾਸਾਂ ਅਤੇ ਬਸ ਇਹ ਥੋੜ੍ਹਾ ਜਿਹਾ ਐਕਸਪੀਰੀਅੰਸ ਸੀ ਜਿਹੜਾ ਮੈਂ ਸੋਚਿਆ ਤੁਹਾਨੂੰ ਨਾਲ ਸ਼ੇਅਰ ਕਰੀਏ ਅਤੇ ਬਾਕੀ ਇੱਕ ਅਹਿਮਦ ਬਾਈ ਨੇ ਅਸਾਂ ਨੇ ਵਾਕੈਂਟ ਸੋ ਆਏ ਮਹਿਮਾਨ ਸਨ ਸਾਡੇ ਇਹ ਅਸਾਂ ਨਾਲ ਹੀ ਹੈ ਬਲਕਿ ਸਪੈਸ਼ਲੀ ਵੀਡੀਓ ਬਣਾ ਰਹੇ ਨੇ ਬਾਕੀ ਜਵਾਬ ਬਾਈ ਮੇਰੇ ਦੋਸਤ ਮੇਰੇ ਪਾਰਟਨਰ ਮੇਰੇ ਬਿਜ਼ਨਸ ਪਾਰਟਨਰ ਉਹ ਮੇਰੇ ਨਾਲ ਨੇ ਅਤੇ ਬਾਕੀ ਓਵਰਆਲ ਗੱਲ ਇਹ ਹੈ ਕਿ ਇਹ ਹਾਈਕ ਕਰਕੇ ਮਤਲਬ ਇਸ ਸਫ਼ਰ ਨੂੰ ਤੈਅ ਕਰਕੇ ਇਹਨਾਂ ਨਾਲ ਜਾ ਕੇ ਬੜਾ ਮਜ਼ਾ ਆਇਆ ਅਲਹਮਦੁਲਿਲਾ ਬਹੁਤ ਸ਼ੁਕਰੀਆ ਤੁਸੀਂ ਬਾਈ